ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਕੰਗਣਗਾਟ ਸਾਹਿਬ ਪਟਨਾ ਸਾਹਿਬ ਵਿਖੇ ਇਹ ਗੁਰਦੁਆਰਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਤੋਂ ਲਗਭਗ ਅੱਧਾ ਕਿਲੋਮੀਟਰ ਦੀ ਦੂਰੀ ਤੇ ਗੰਗਾ ਨਦੀ ਦੇ ਕੰਢੇ ਤੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਪਟਨਾ ਦੇ ਹਾਜੀ ਗੰਜ ਇਲਾਕੇ ਵਿੱਚ ਸਥਿਤ ਹੈ ਤੇ ਇਸ ਨੂੰ ਗੋਬਿੰਦ ਘਾਟ ਦੇ ਨਾਮ ਵੱਜੋਂ ਵੀ ਜਾਣਿਆ ਜਾਂਦਾ ਹੈ ਆਓ ਤੁਹਾਨੂੰ ਵੀ ਕਰਾਉਂਦੇ ਹਾਂ ਦਰਸ਼ਨ ਗੁਰਦੁਆਰਾ ਕੰਗਣ ਘਾਟ ਸਾਹਿਬ ਦੇ ਤੇ ਇਤਿਹਾਸ ਬਾਰੇ ਦੱਸਦੇ ਹਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲੈਣਾ ਜੀ ਆਓ ਹੁਣ ਜਾਣਦੇ ਹਾਂ ਗੁਰਦੁਆਰਾ ਸ੍ਰੀ ਕੰਗਣ ਘਾਟ ਸਾਹਿਬ ਦੇ ਇਤਿਹਾਸ ਬਾਰੇ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਦੁੱਪਤ ਕਾਰਨਾਮਿਆਂ ਨਾਲ ਪਟਨਾ ਵਿੱਚ ਅਜਿਹੇ ਨਿਸ਼ਾਨ ਛੱਡੇ ਹਨ ਜੋ ਨਾ ਕਦੇ ਮਿਟਾਏ ਜਾ ਸਕਦੇ ਹਨ ਤੇ ਨਾ ਹੀ ਭੁਲਾਏ ਜਾ ਸਕਦੇ ਹਨ ਉਨ੍ਹਾਂ ਅਦੁੱਪਤ ਕਾਰਨਾਮਿਆਂ ਵਿੱਚੋਂ ਇੱਕ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਨੇ ਗੰਗਾ ਨਦੀ ਦੇ ਵਿੱਚ ਇੱਕ ਸੋਨੇ ਦਾ ਕੰਗਣ ਛੁੱਟਿਆ ਸੀ ਤੇ ਮੂ ਮਾਇਆ ਅਤੇ ਸੰਸਾਰਿਕ ਪਦਾਰਥ ਤਿਆਗਣ ਦੀ ਸਿੱਖਿਆ ਤੇ ਉਦਾਹਰਨ ਦਿੱਤੀ ਸੀ ਅਤੇ ਇਸ ਸਥਾਨ ਉੱਤੇ ਸ਼੍ਰੀ ਰਾਮਚੰਦਰ ਜੀ ਦੇ ਭਗਤ ਪੰਡਤ ਸ਼ਿਵਦਤ ਨੂੰ ਗੁਰੂ ਜੀ ਨੇ ਮਾਨਸਿਕ ਸ਼ਾਂਤੀ ਬਖਸ਼ੀ ਸੀ ਪੰਡਤ ਸ਼ਿਵਦਤ ਹਰ ਰੋਜ਼ ਮੂਰਤੀ ਰਾਹੀਂ ਰਾਮ ਦੀ ਪੂਜਾ ਕਰਦਾ ਸੀ ਤੇ ਰਜਾਨਾ ਰਸਮਾਂ ਜਿਵੇਂ ਮੂਰਤੀ ਅੱਗੇ ਭੋਜਨ ਰੱਖਣਾ ਤੇ RAM ਜੀ ਦੀ ਆਉਣ ਦੀ ਅਟੀਕ ਕਰਨਾ ਫਿਰ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਨੇ ਪੰਡਤ ਸ਼ਿਵਦੱਤ ਨੂੰ ਸੇਧ ਦਿੱਤੀ ਕਿ RAM ਜੀ ਨੂੰ ਮੂਰਤੀਆਂ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ RAM ਜੀ ਤਾਂ ਆਪਣੇ ਅੰਦਰ ਹੀ ਪ੍ਰਾਪਤ ਹੋ ਸਕਦੇ ਹਨ ਰਾਮ ਦਾ ਅਰਥ ਹੈ ਪਰਮਾਤਮਾ ਜੋ ਕਣਕਣ ਵਿੱਚ ਰਮਿਆ ਹੋਇਆ ਹੈ ਗੁਰੂ ਜੀ ਨੇ ਪੰਡਤ ਸ਼ਿਵਦੱਤ ਦੀਆਂ ਅੱਖਾਂ ਖੋਲ ਦਿੱਤੀਆਂ ਤੇ ਫਿਰ ਉਸਨੇ ਮੂਰਤੀ ਪੂਜਾ ਤਿਆਗ ਦਿੱਤੀ ਗੋਵਿੰਦ ਘਾਟ ਕੰਗਣ ਘਾਟ ਤੇ ਪੰਡਤ ਸ਼ਿਵਦੱਤ ਨੇ ਗੁਰੂ ਜੀ ਦੇ ਆਸ਼ੀਰਵਾਦ ਸਦਕਾ ਸ਼ਾਂਤਮਈ ਜੀਵਨ ਜਿਉਣ ਦਾ ਮਾਰਗ ਲੱਭਿਆ ਸੀ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਬਚਪਨ ਵਿੱਚ ਇਸ ਘਾੜ ਤੇ ਖੇਡਦੇ ਸਨ ਤੇ ਬਚਪਨ ਵਿੱਚ ਗੁਰੂ ਜੀ ਆਪਣੇ ਸਾਥੀਆਂ ਦੋਸਤਾਂ ਨਾਲ ਸੈਨਿਕਾਂ ਦੀਆਂ ਦੋ ਧਿਰਾਂ ਬਣਾ ਕੇ ਇੱਕ ਦੂਜੇ ਨਾਲ ਨਕਲੀ ਲੜਾਈਆਂ ਲੜਦੇ ਸਨ ਤੇ ਉਹਨਾਂ ਨੇ ਦੁਸ਼ਮਣ ਨੂੰ ਹਰਾਉਣਾ ਕਿਲੇ ਜਿੱਤਣਾ ਇਹ ਸਿੱਖਲਾਈਆਂ ਦੇਣੀਆਂ ਤੇ ਜਿੱਤਣ ਵਾਲੀ ਜੇਤੂ ਧਿਰ ਨੂੰ ਸਨਮਾਨਿਤ ਕਰਦੇ ਸਨ ਇਸ ਤਰ੍ਹਾਂ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਬਚਪਨ ਵਿੱਚ ਆਪਣੇ ਸਾਥੀਆਂ ਨਾਲ ਇੱਥੇ ਖੇਡਾਂ ਖੇਡਿਆ ਕਰਦੇ ਸਨ ਤੇ ਗੰਗਾ ਨਦੀ ਵਿੱਚ ਕੰਗਣ ਸੁਟਕੇ ਮੋਹ ਮਾਇਆ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਪੰਡਿਤ ਸ਼ਿਵਦੱਤ ਨੂੰ ਸ਼ਾਂਤਮਈ ਜੀਵਨ ਜਿਉਣ ਦੀ ਦਾਤ ਬਖਸ਼ੀ ਤੇ ਮੂਰਤੀ ਪੂਜਾ ਤੋਂ ਵਰਜਿਆ ਅੱਜ ਇਸ ਸਥਾਨ ਉੱਤੇ ਗੁਰਦੁਆਰਾ ਸ਼੍ਰੀ ਕੰਗਣ ਘਾਟ ਸਾਹਿਬ ਸਥਿਤ ਹੈ ਪਹਿਲਾਂ ਗੰਗਾ ਨਦੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਬੈੰਦੀ ਸੀ ਪਰ ਪੱਤਣ ਘਟਣ ਨਾਲ ਹੁਣ ਉਹ ਉੱਤਰ ਦਿਸ਼ਾ ਵੱਲ ਨੂੰ ਦੂਰ ਹੋ ਗਈ ਹੈ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਵਾਲੀ ਸੰਗਤ ਲਾਜ਼ਮੀ ਤੌਰ ਤੇ ਇਸ ਸਥਾਨ ਦੇ ਦਰਸ਼ਨਾਂ ਲਈ ਆਉਂਦੀ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ